ਬਟਾਲਾ ਤੋਂ ਬੜੀ ਹੀ ਸ਼ਰਮਨਾਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਚੱਲਦੇ ਅਖੰਡ ਪਾਠ ਦੇ ਵਿੱਚ ਹੰਗਾਮਾ ਹੋ ਗਿਆ। ਨੌਜਵਾਨਾਂ ਨੇ ਮੌਕੇ 'ਤੇ ਟੈਂਟ ਲਾ ਦਿੱਤੇ, ਚੁੱਕ ਕੇ ਕੁਰਸੀਆਂ ਮਾਰੀਆਂ। ਉਹਨਾਂ ਨੇ ਇਹ ਵੀ ਖਿਆਲ ਨਹੀਂ ਰੱਖਿਆ ਕਿ ਗੁਰੂ ਸਾਹਿਬ ਦੀ ਹਾਜ਼ਰੀ ਹੈ, ਗੁਰੂ ਸਾਹਿਬ ਸਾਹਮਣੇ ਪ੍ਰਵਾਨ ਨੇ ਤਾਂ ਅਸੀਂ ਨਾ ਲੜੀਏ। ਪਰ ਫਿਰ ਵੀ ਦੇਖੋ, ਇਹਨਾਂ ਨੌਜਵਾਨਾਂ ਨੇ ਬੇਅਦਬੀ ਵੀ ਕੀਤੀ ਹੈ, ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੰਦੀਆਂ ਗਾਲਾਂ ਕੱਢੀਆਂ, ਇੱਕ ਦੂਸਰੇ ਨੂੰ ਕੁੱਟਿਆ ਮਾਰਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਟਾਲਾ ਤੋਂ, ਜਿੱਥੇ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਿਤ ਲੜੀਵਾਰ ਅਖੰਡ ਪਾਠ ਸਾਹਿਬ ਪਿੰਡ ਖੋਖਰ ਫੌਜੀਆਂ ਵਿਖੇ ਚੱਲ ਰਿਹਾ ਸੀ। ਕੱਲ੍ਹ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਸੀ, ਉਸ ਤੋਂ ਪਹਿਲਾਂ ਹੀ ਰਾਹ ਨੂੰ ਲੈ ਕੇ, ਜਿਹੜਾ ਕਿ ਗਲੀ ਨੂੰ ਜਾ ਰਿਹਾ ਰਾਹ ਹੈ, ਉਸ ਨੂੰ ਲੈ ਕੇ ਝਗੜਾ ਹੋ ਗਿਆ, ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਥਾਰ ਗੱਡੀ ਦੇ ਵਿੱਚ ਕੁਝ ਨੌਜਵਾਨ ਆਉਂਦੇ ਨੇ, ਆਉਂਦਿਆਂ ਹੀ ਚੱਲਦੇ ਪਾਠ ਵਿੱਚ ਗਲੀ ਵਿੱਚ ਲੈਂਗੇ ਟੈਂਟ 'ਤੇ ਪਰਦੇ ਪੁੱਟ ਦਿੰਦੇ ਨੇ, ਜਿਸ ਤੋਂ ਬਾਅਦ ਬਾਕੀ ਨੌਜਵਾਨ ਉਸ ਨੂੰ ਕੁੱਟਣ ਲੱਗ ਜਾਂਦੇ ਨੇ, ਗਾਲੀ ਗਲੋਚ ਕਰਨ ਲੱਗ ਜਾਂਦੇ ਨੇ, ਹੱਥਾਪਾਈ ਕਰਨ ਲੱਗ ਜਾਂਦੇ ਨੇ, ਇੱਥੋਂ ਤੱਕ ਕਿ ਉੱਥੇ ਲੱਗੀਆਂ ਕੁਰਸੀਆਂ ਇੱਕ ਦੂਜੇ ਨੂੰ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ, ਜੋ ਕਿ ਬਹੁਤ ਹੀ ਸ਼ਰਮਨਾਕ ਘਟਨਾ ਹੈ, ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕਾਂ ਦੇ ਵੱਲੋਂ ਇਸ ਨੂੰ ਮੰਦਭਾਗਾ ਦੱਸਿਆ ਜਾ ਰਿਹਾ ਹੈ, ਕਿਉਂਕਿ ਸ਼ਰਮਨਾਕ ਦੱਸਿਆ ਜਾ ਰਿਹਾ ਹੈ, ਕਿਉਂਕਿ ਇਹਨਾਂ ਨੌਜਵਾਨਾਂ ਨੇ ਇੱਕ ਤਰੀਕੇ ਦੀ ਬੇਅਦਬੀ ਕੀਤੀ ਹੈ, ਕਿਉਂਕਿ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਗਾਲਾਂ ਕੱਢੀਆਂ ਨੇ, ਇੱਕ ਦੂਸਰੇ ਨੂੰ ਲੜਾਈ ਕੀਤੀ ਹੈ, ਇੱਕ ਦੂਸਰੇ ਦੇ ਕੁਰਸੀਆਂ ਮਾਰੀਆਂ ਨੇ, ਸ਼ੋਰ ਸ਼ਰਾਬਾ ਕੀਤਾ ਹੈ। ਤਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਕੱਲ੍ਹ ਭੋਗ ਪਾਏ ਜਾਣੇ ਸੀ, ਉਸ ਤੋਂ ਪਹਿਲਾਂ ਹੀ ਇਹ ਸਾਰਾ ਹੰਗਾਮਾ ਹੋ ਗਿਆ। ਤਾਂ ਦੇਖੋ ਇਹ ਤਸਵੀਰਾਂ ਜੋ ਬਟਾਲਾ ਦੇ ਪਿੰਡ ਖੋਖਰ ਫੌਜੀਆਂ ਤੋਂ ਸਾਹਮਣੇ ਆ ਰਹੀ ਹੈ। ਗ੍ਰਾਂਡ ਸਾਹਿਬ ਬਾਹਰੋਂ ਮਾਰ